ਮੈਂ ਸਰਵਣ ਸਿੰਘ ਪੰਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ, ਜਿਹੜਾ ਦਿੱਲੀ ਅੰਦੋਲਨ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਅਤੇ SKM NP ਵੱਲੋਂ ਚੱਲ ਰਿਹਾ ਵਾ, ਉਹਦੇ ਵਿੱਚ ਕੱਲ੍ਹ 20 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਵਾਂ ਜਥਾ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਮਾਤਾਵਾਂ ਭੈਣਾਂ ਨੂੰ ਲੈ ਕੇ ਆਪਣਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ, ਜੰਡਿਆਲਾ ਗੁਰੂ ਤੋਂ, ਬਿਆਸ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਊਗਾ। ਔਰ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ MSP ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਅਤੇ ਆਦਿ ਮੰਗਾਂ ਜਿਹੜੀਆਂ ਸਾਡੀਆਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ। ਹੁਣ ਅਸੀਂ ਦੇਖ ਰਹੇ ਹਾਂ ਵੀ ਹਰਿਆਣੇ ਦੀ ਸੈਨੀ ਸਰਕਾਰ ਨੂੰ ਸੜਕ 'ਤੇ ਤੁਰਿਆ ਜਾਂਦਾ, ਵੀ ਮੁੱਖ ਮੰਤਰੀ ਸਾਹਿਬ ਨੂੰ ਸਾਈਡ 'ਤੇ ਕਿਸਾਨ ਨਜ਼ਰ ਆ ਜਾਂਦੇ ਆ, ਔਰ ਉਹਨਾਂ ਨੂੰ ਉਹ ਮਿਲ ਵੀ ਲੈਂਦੇ ਆ ਅਤੇ ਮੰਗ ਪੱਤਰ ਵੀ ਝੱਟ ਲਾ ਲੈਂਦੇ ਆ। ਕਿਵੇਂ ਮੀਡੀਆ 'ਚ ਪਰਸੈਪਸ਼ਨ ਬਣਾਈ ਜਾ ਰਹੀ ਆ, ਪਿਛਲੇ 10 ਸਾਲਾਂ ਤੋਂ ਹਰਿਆਣੇ ਦੀ ਸਰਕਾਰ ਨੂੰ ਕਿਸਾਨ ਨਜ਼ਰ ਨਹੀਂ ਆਏ। ਔਰ ਜਦੋਂ 13 ਫਰਵਰੀ ਨੂੰ ਮੋਰਚਾ ਸ਼ੁਰੂ ਹੋਇਆ, 70,000 ਅਰਧ ਸੈਨਿਕ ਫੋਰਸ ਲਾਏ ਗਏ ਹਰਿਆਣੇ ਦੇ ਵਿੱਚ, ਉਦੋਂ ਤਾਂ ਹਰਿਆਣੇ ਦੇ ਕਿਸਾਨ ਨਹੀਂ ਦਿਖੇ ਹੈਗੇ ਵੀ ਤੁਸੀਂ ਤਾਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਜਿਨ੍ਹਾਂ ਦੇ ਪਾਸਪੋਰਟ ਬੋਰਡ ਰੱਦ ਕਰਨ ਦੀਆਂ ਧਮਕੀਆਂ, ਉਹਨਾਂ ਦੇ ਇੰਤਰਾਲ ਦੇ ਵਿੱਚ ਰੈੱਡ ਇੰਟਰੀਆਂ, ਕਿੰਨਾ ਕੁਛ ਜਬਰ ਹਰਿਆਣੇ ਦੇ ਸਰਕਾਰ ਨੇ ਕੀਤਾ ਹੈਗਾ, ਪੰਜਾਬ ਦੇ ਬਾਰਡਰਾਂ 'ਤੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ। ਤੋ ਹੁਣ ਇਲੈਕਸ਼ਨ ਜੋ ਸਾਹਮਣੇ ਆ ਰਹੀ ਆ, ਸਾਰਾ ਕੁਝ ਨਜ਼ਰ ਆ ਰਿਹਾ ਹੈਗਾ, ਤਾਂ ਮੋਦੀ ਸਰਕਾਰ, ਔਰ ਜਿਵੇਂ ਅਸੀਂ ਦੇਖ ਰਹੇ ਹਾਂ ਜਿਹੜੀ ਟ੍ਰੇਨਿੰਗ ਪ੍ਰਾਪਤ ਡਾਕਟਰ ਕੋਲਕਾਤਾ ਦੇ ਵਿੱਚ ਜਿਹਦੇ ਨਾਲ ਜਬਰ ਜਨਾਹ ਹੋਇਆ, ਉਦੋਂ ਬਾਅਦ ਉਹਦੀ ਹੱਤਿਆ ਕੀਤੀ ਗਈ। ਲਗਾਤਾਰ ਹੜਤਾਲ ਵਿੱਚ ਡਾਕਟਰ ਆਲ ਇੰਡੀਆ ਪੱਧਰ 'ਤੇ ਵਾਧਾ ਕਰ ਰਹੇ ਆ, ਅਸੀਂ ਉਹਨਾਂ ਦੀ ਹੜਤਾਲ ਦਾ ਸਮਰਥਨ ਕਰਦੇ ਹਾਂ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਮੋਦੀ ਸਰਕਾਰ ਧਿਆਨ ਦੇਵੇ। ਇਹਦੇ ਨਾਲ ਹੁਣ ਲੰਮੀ ਹੜਤਾਲ ਚੱਲਣਾ, ਆਮ ਜਨਤਾ ਨੂੰ ਵੀ ਪਰੇਸ਼ਾਨੀ ਆਊਗੀ, ਪਰ ਉਹਨਾਂ ਨੂੰ ਉਹਨਾਂ ਦੀ ਹੜਤਾਲ ਵੱਲ ਧਿਆਨ ਦੇਣਾ ਚਾਹੀਦਾ, ਤਾਂ ਜੋ ਜਿਹੜਾ ਮਸਲਾ ਵਾ ਉਹ ਸਹੀ ਢੰਗ ਨਾਲ ਨਿਬੇੜਿਆ ਜਾ ਸਕੇ। ਔਰ ਇਸ ਕਿਸਮ ਦੀਆਂ ਇਕੱਲਾ ਕਲਕੱਤੇ ਵਾਲੀ ਘਟਨਾ ਨਹੀਂ, ਉਦੋਂ ਤੋਂ ਬਾਅਦ ਵੀ ਬਹੁਤ ਸਾਰੀਆਂ ਔਰਤਾਂ ਨਾਲ ਜਬਰ ਜਨਾਹ ਦੀਆਂ ਘਟਨਾ ਸਾਡੇ ਸਾਹਮਣੇ ਆ ਰਹੀਆਂ, ਔਰ ਦੇਸ਼ ਭਰ 'ਚ ਹੋ ਕੀ ਰਿਹਾ ਹੈਗਾ ਵਾ। ਮੋਦੀ ਦੀ ਡਬਲ ਇੰਜਨ ਵਾਲੀ ਸਰਕਾਰਾਂ ਦੇ ਸਟੇਟਾਂ ਵਿੱਚ ਵੀ ਰੋਜ਼ ਆਏ ਦਿਨ ਬਹੁਤ ਕੁਛ ਔਰਤਾਂ ਨਾਲ ਜਬਰ ਹੋ ਰਿਹਾ ਹੋਰ ਵੀ। ਸੋ ਇਹਨੂੰ ਸੀਰੀਅਸ ਲੈ ਕੇ ਇਸ ਮੁੱਦੇ ਦਾ ਹੱਲ ਕੱਢਣਾ ਚਾਹੀਦਾ। ਧੰਨਵਾਦ।